ਕਹਿੰਦਾ ਟੱਕਰ ਤਾਂ ਸਹੀ ਕਦੇ ਰੱਬਾ ਮੈਂ ਤੈਨੂੰ ਤੇਰੀ ਜ਼ਿੰਦਗੀ ਮੋੜਨੀ ਹੈ। ਜ਼ਿੰਦਗੀ ਕਿਉਂ ਮੋੜਨੀ ਹੈ? ਕਿਉਂਕਿ ਕਲਾ ਤੂੰ ਦੇ ਦਿੰਦਾ ਮੁੜ ਕੇ, ਫਿਰ ਇੰਨੀ ਕੁ ਗਰੀਬੀ ਦੇ ਦਿੰਦਾ ਉਹਨਾਂ, ਹੈ ਨਾ, ਕਿ ਇੱਕ ਵਧੀਆ ਪੜ੍ਹਨ ਵਾਲਾ, ਇੱਕ ਵਧੀਆ ਖੇਡਣ ਵਾਲਾ ਕਹਿੰਦਾ ਵੀ ਯਾਰ ਛੱਡ ਪਰੇ, ਹੈ ਨਾ, ਵੀ ਹੁਣ ਚੁੱਲ੍ਹਿਆਂ ਜੋਗੀ ਰਹਿ ਜਾਈਏ ਆਪਾਂ, ਹੈ ਨਾ, ਕਿਉਂਕਿ ਜਦੋਂ ਬਾਪੂ ਮਜ਼ਦੂਰ ਹੋਵੇ ਫਿਰ ਬਹੁਤ ਔਖਾ ਹੁੰਦਾ। ਸੋ ਅੱਜ ਪਹੁੰਚੇ ਹਾਂ, ਭੈਣ ਨਾਲ ਵੀ ਗੱਲ ਕਰਾਵਾਂਗੇ, ਅਤੇ ਪਿੰਡ ਹੀਰੋ ਵੱਡੀ ਹੀਰੋ, ਹੈ ਨਾ, ਜਿੱਥੇ ਆਹ ਦੇਖੋ ਸਾਡੀ ਭੈਣ ਹੀਰੋ ਆ, ਜਿੱਥੇ ਸਾਡੀ ਧੀ ਹੀਰੋ ਹੈ। ਸਤਿ ਸ਼੍ਰੀ ਅਕਾਲ ਪੁੱਤੋ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ? ਜਸਵੀਰ ਕੌਰ। ਇਹਦਾ ਨਾਂ ਜਸਵੀਰ ਕੌਰ ਹੈ ਜੀ। ਜਿਹੜੇ ਆਹ ਟਰਾਫੀਆਂ ਤੁਸੀਂ ਦੇਖਦੇ ਹੋ, ਹੈ ਨਾ, ਛੋਟੇ ਜਿਹੇ ਘਰ 'ਚ, ਹੈ ਨਾ, ਕਿੰਨੀਆਂ ਟਰਾਫੀਆਂ ਨੇ, ਇਹ ਸਾਰੀਆਂ ਇਹਨੀਆਂ ਕਮਾਈਆਂ ਨੇ, ਆਹ ਸਾਰੇ ਮੈਡਲ ਇਹਨੇ ਕਮਾਏ ਨੇ। ਪਰ ਜਦੋਂ ਪੁੱਛਿਆ ਵੀ ਤੂੰ ਪੜ੍ਹਦਾ ਪੁੱਤ, ਕਹਿੰਦੇ ਨਹੀਂ ਪੜ੍ਹਾਈ ਮੈਂ ਛੱਡਤੀ। ਕਾਹਤੋਂ ਛੱਡਤੀ? ਕਹਿੰਦੇ ਆਹ ਬਾਪੂ ਗਰੀਬ ਹੈ, ਮਜ਼ਦੂਰ ਹੈ, ਇਹਦਾ ਸਹਾਰਾ ਬਣੇਗਾ। ਤਿੰਨ ਭੈਣਾਂ ਨੇ, ਮੈਂ ਇੱਕ ਗਾਣਾ ਲਿਖਿਆ ਸੀਗਾ ਕਿ ਤਿੰਨ ਭੈਣਾਂ ਛੋਟੀਆਂ ਵਿਆਹੀਆਂ ਦੇ ਕੇ ਦਾਜ ਮੈਂ, ਟੁੱਟ ਗਿਆ ਮੋੜ ਦਾ ਵਿਆਜਾਂ ਦਾ ਵਿਆਜ ਮੈਂ, ਹੈ ਨਾ। ਅੱਛਾ ਪੁੱਤ, ਕਿੱਥੇ ਕਿੱਥੇ ਖੇਡਿਆ ਤੂੰ, ਕਿਹੜੀ ਗੇਮ ਖੇਡਦੇ ਭਲਾ? ਸਰ ਮੈਂ ਲੌਂਗ ਰੇਸ ਕਰਦੀ ਹਾਂ ਜੀ, ਐਥਲੈਟਿਕਸ। ਕਿੰਨੇ ਕਿਲੋਮੀਟਰ? 10 ਕਿਲੋਮੀਟਰ ਸਰ। ਓਕੇ, 10 ਕਿਲੋਮੀਟਰ। ਹਾਂਜੀ ਸਰ। ਤੇ ਇਹ ਤੋਂ ਵੱਧ ਵੀ ਕਰਨਾ 10 ਕਿਲੋਮੀਟਰ? 10 ਤੋਂ ਬਾਅਦ 42 ਕਿਲੋਮੀਟਰ। 42 ਕਿਲੋਮੀਟਰ? ਹਾਂਜੀ ਸਰ, ਮੈਰਾਥਨ। ਅੱਛਾ ਜੀ। ਹਾਂਜੀ ਸਰ, ਮੈਂ ਇੰਟਰ ਕਾਲਜ ਲਾਇਆ ਜੀ, ਉਸ ਤੋਂ ਮੇਰੀ 3rd ਪੋਜੀਸ਼ਨ ਸੀ ਜੀ। ਪੜਾਈ ਛੱਡਤੀ? ਪੜਾਈ ਸਰ ਮੈਂ ਗ੍ਰੈਜੂਏਸ਼ਨ ਕਰਕੇ ਛੱਡਤੀ। ਛੱਡਣੀ ਪੈ ਗਈ ਮਜਬੂਰੀ ਕਰਕੇ? ਹਾਂਜੀ ਸਰ। ਅੱਛਾ ਜੀ। ਹਾਂਜੀ, ਇੱਕ ਤਾਂ ਪੁੱਤ ਪੜਾਈ ਦੁਬਾਰਾ ਸ਼ੁਰੂ ਕਰ, ਠੀਕ ਹੈ? ਜੋ ਵੀ ਹੈ, ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਜਰਾ ਇਹੋ ਜਿਹੇ ਬੱਚਿਆਂ ਨੂੰ ਚੱਕਿਆ ਕਰੋ ਤੁਸੀਂ, ਹੈ ਨਾ, ਇਹੋ ਜਿਹੇ ਬੱਚਿਆਂ ਨੂੰ ਹੌਸਲਾ ਦਿਆ ਕਰੋ। ਅੱਛਾ, ਹੋਰ ਕਿੱਥੇ ਕਿੱਥੇ ਖੇਡਾ ਪੁੱਤ? ਕੋਈ ਕੋਈ ਲੈ, ਫਿਰ ਉਹੀ ਗੱਲ, ਤੁਹਾਡੇ ਵਰਗੇ ਬੰਦੇ ਜਜ਼ਬਾਤੀ, ਠੀਕ ਹੈ, ਜਜ਼ਬਾਤੀ ਹੋਣਾ ਵਧੀਆ ਗੱਲ ਹੈ, ਪਰ ਹਿੰਮਤ ਰੱਖਣੀ ਹੈ। ਦਿਖਾਈ ਆ, ਤਦ ਤੱਕ ਮੈਂ ਦਿਖਾ ਦਿੰਦਾ, ਹੈ ਨਾ, ਔਰ ਜਿਹੜਾ ਸਾਰੇ ਖੇਡੇ ਹੋਈ ਇਹ ਕੁੜੀ। ਅਤੇ ਉਹ ਤਾਂ ਮੈਂ ਅੱਜ ਹੀਰੋ ਆਇਆ ਸੀਗਾ ਗੁਰਪ੍ਰੀਤ ਮਾਸਟਰ ਕੋਲ, ਮਾਸਟਰ ਕਹਿੰਦਾ ਯਾਰ ਬਈ ਵੀਡੀਓ ਬਣਦੀ ਹੈ ਇਹਨਾਂ ਦੀ ਬਣਾਉਣੀ ਹੈ। ਚੱਲ ਚੱਲ ਕੋਈ ਨਹੀਂ ਕੋਈ ਨਹੀਂ, ਜਸਵੀਰ ਕੌਰ ਨਾਂ ਹੈ ਜੀ ਇਹਦਾ। ਅਤੇ ਹੁਣ ਕਿਹੜੀ ਪਾਰਟੀ ਸਪੇਟ, ਕਾਹਦੇ ਲਈ, ਕਿਹੜੀ ਗੇਮ ਲਈ? ਮੈਂ ਖੇਡ ਬੱਤਨ ਵਾਲੀ ਅੱਛਾ ਜੀ, ਉਹਦੇ 'ਚ 5 ਕਿਲੋਮੀਟਰ ਲਾਉਣੀ ਆ ਸਰ ਮੈਂ। ਅੱਛਾ, ਪੰਜਾਬ ਲੈਵਲ 'ਤੇ? ਹਾਂਜੀ ਸਰ। ਦੁਆਵਾਂ ਅਰਦਾਸਾਂ ਕਰੋ ਜੀ, ਹੈ ਨਾ, ਹੱਲਾ ਸੇਰੀ ਦਿਓ ਇਸ ਕੁੜੀ ਨੂੰ। ਅਤੇ ਇੱਕ ਤਾਂ ਪੁੱਤ ਪੜ੍ਹਾਈ ਨਹੀਂ ਛੱਡਣੀ, ਤੇਰੇ ਨਾਲ ਖੜਿਆ, ਠੀਕ ਹੈ, ਹਿੰਮਤ ਰੱਖਣੀ ਹੈ। ਕਿੰਨੀਆਂ ਭੈਣਾਂ ਤੁਸੀਂ? 3 ਭੈਣਾਂ ਸਰ। 3 ਭੈਣਾਂ ਭੈਣੀ? ਹਾਂਜੀ ਸਰ। ਆਹ ਦੇਖੋ ਜੀ ਉਸਤਾਦ ਜੀ, ਮਾਸਟਰ ਜੀ, ਓਏ ਯਾਰ ਕਦਰ ਪਾਉਣੀ ਚਾਹੀਦੀ ਹੈ, ਠੀਕ ਹੈ। ਮੈਂ ਸਿੱਧੀ ਕਹਿਣਾ ਵੀ ਸਰਕਾਰਾਂ ਨੂੰ, ਤੁਸੀਂ ਫਿਰ ਕਹਿੰਦੇ ਯਾਰ ਬੰਦਾ ਨਸ਼ੇੜੀ ਹੋ ਗਿਆ, ਕਹਿੰਦਾ ਕੋਈ ਮੁੰਡਾ ਨਸ਼ੇੜੀ ਹੋ ਗਿਆ, ਕੁੜੀ ਨੇ ਹੋਰ ਕੁਛ ਕਰ ਲਿਆ, ਹੈ ਨਾ, ਜਿਵੇਂ ਖੁਦਕੁਸ਼ੀ ਕਰ ਲਈ, ਇਹੋ ਜਿਹਾ ਰੋਣ ਲੱਗ ਗਈ ਸੀ, ਦੇਖ ਲੈ ਫਿਰ ਕੀ ਚੱਟਣਾ ਇਹੋ ਜਿਹੇ ਮੈਡਲਾਂ ਨੂੰ, ਕੀ ਚੱਟਣਾ ਇਹੋ ਜਿਹੇ ਸਰਟੀਫਿਕੇਟਾਂ ਨੂੰ, ਹੈ ਨਾ। ਬਾਪੂ ਆ ਜਾਓ ਜੀ, ਇੱਧਰ ਆ ਜਾਓ ਉਸਤਾਦ ਜੀ, ਆ ਜਾਓ, ਆ ਜਾਓ, ਆ ਜਾਓ। ਕੀ ਨਾਂ ਤੁਹਾਡਾ ਜੀ? ਇੱਧਰ ਆ ਜਾਓ, ਕੁੜੀ ਕੋਲ ਖੜ ਜਾਓ। ਕੀ ਨਾਂ ਤੁਹਾਡਾ ਜੀ? ਬੇਵਾ ਸਿੰਘ। ਕੋਈ ਗੱਲ ਨਹੀਂ, ਜਜ਼ਬਾਤੀ ਨਹੀਂ ਹੋਣਾ, ਤੂੰ ਕੁੜੀਆਂ ਜਿਹੜੀਆਂ ਜੰਮੀਆਂ ਨਾ ਤੁਸੀਂ, ਬਹੁਤ ਮਹਾਨ ਨੇ ਇਹ, ਬਹੁਤ ਕੁਛ ਕਰਨਗੀਆਂ, ਠੀਕ ਹੈ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਟੈਨਸ਼ਨ ਨਹੀਂ ਲੈਣੀ। ਇੱਕ ਤਾਂ ਦੇਖੋ ਜੀ ਜਜ਼ਬਾਤੀ ਹੋ ਜਾਂਦੇ ਨੇ, ਮੈਂ ਕਹਿੰਦਾ ਜਜ਼ਬਾਤਾਂ 'ਤੇ ਕੰਟਰੋਲ ਕਰਨਾ ਚਾਹੀਦਾ, ਹਿੰਮਤਾਂ ਰੱਖਣੀ ਚਾਹੀਦੀਆਂ ਨੇ। ਐਤਕੀ ਪੁੱਤ ਪੱਕਾ, ਠੀਕ ਹੈ, ਇੰਡੀਆ ਇੰਡੀਆ ਵੱਲੋਂ ਖੜ੍ਹਣਾ ਤੁਸੀਂ, ਬਸ ਗੱਲ ਖਤਮ, ਠੀਕ ਹੈ। ਇਹ ਹੰਝੂਆਂ ਦੀ ਕੀਮਤ ਪਾਉਣੀ ਹੈ, ਕੋਈ ਨਹੀਂ, ਕੋਈ ਸਭ ਤੋਂ ਛੁੱਟੀ ਹੈ, ਬੋਲਿਆ ਵੀ ਨਹੀਂ ਜਾਂਦਾ, ਹੈ ਨਾ। ਚੱਲ ਚੱਲ, ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਗੱਲ, ਮੈਨੂੰ ਵੀ ਹੁਣ ਬੋਲਣਾ ਔਖਾ ਹੋ ਗਿਆ, ਹੈ ਨਾ। ਤਿੰਨ ਭੈਣਾਂ ਭੈਣਾਂ ਨੇ ਇਹ, ਅਤੇ ਭਰਾ ਕੋਈ ਹੈ ਨਹੀਂ, ਪਰ ਜਦੋਂ ਇੰਡੀਆ ਦਾ ਫਲੈਗ, ਹੈ ਨਾ, ਤਾਣਿਆ ਹੋਇਆ ਇਸ ਕੁੜੀ ਨੇ, ਜਦੋਂ ਨੰਬਰ ਮਾਰਿਆ, ਫਿਰ ਮੈਨੂੰ ਐਂ ਲੱਗੂਗਾ ਵੀ ਯਾਰ ਇਹੋ ਜਿਹੀਆਂ ਕੁੜੀਆਂ ਹੋਰ ਜੰਮ ਲੈਣੀਆਂ ਚਾਹੀਦੀਆਂ ਸੀ। ਕੋਈ ਨਹੀਂ ਜਸਵੀਰ ਪੁੱਤ, ਠੀਕ ਹੈ, ਹਾਂ, ਇੱਕ ਵਾਰ ਮੇਰੇ ਨਾਲ ਕਹਿ ਵੀ ਜ਼ਿੰਦਗੀ ਜ਼ਿੰਦਾਬਾਦ, ਕਹਿ ਜ਼ਿੰਦਗੀ ਜ਼ਿੰਦਾਬਾਦ, ਹਾਂ, ਜ਼ਿੰਦਗੀ ਜ਼ਿੰਦਾਬਾਦ ਹੀ ਰਹੂਗੀ, ਠੀਕ ਆ। ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਆਹ ਦੇਖੋ ਛੋਟਾ ਜਿਹਾ ਘਰ, ਮੈਂ ਦੁਬਾਰਾ ਦਿਖਾ ਦਿੰਦਾ, ਆਹ ਫਰਿੱਜ ਵੀ ਵਿਚਾਰਨ ਨੇ, ਹੈ ਨਾ, ਕੋਈ ਸੈਕਿੰਡ ਹੈਂਡ ਲਿੱਤਾ ਹੋਇਆ। ਅਤੇ ਆਹ ਛੋਟੀ ਕੁੜੀ, ਵੱਡੀ ਹੈ ਕਿ ਛੋਟੀ ਭਾਈ? ਲਓ, ਇਕੱਲੇ ਇਕੱਲੇ ਜੀ ਦੀ ਅੱਖਾਂ 'ਚ ਪਾਣੀ ਆਇਆ ਫਿਰ। ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ, ਆਹ ਦੇਖ ਲਓ ਹਾਲਤ ਜੀ। ਪਲੀਜ਼ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ, ਹੈ ਜੀ। ਆਹ ਦੇਖੋ ਕਿ ਦੇਣੇ ਵਾਲੇ ਗਰੀਬੀ ਨਾ ਦੇ, ਮੌਤ ਦੇ ਦੇ ਬਦਨਸੀਬੀ ਨਾ ਦੇ, ਕਿ ਨਾ ਜੀ ਸਕਦੇ ਨਾ ਮਰ ਸਕਦੇ, ਕੈਸੀ ਬਦਨਸੀਬੀ, ਕਦੇ ਘਰ ਵਿੱਚ ਨਾ ਦੇਈ ਰੱਬਾ ਧੀਆਂ 'ਤੇ ਗਰੀਬੀ, ਡਾਢਿਆ ਸੁਣਦਾ ਨਹੀਂ ਅਰਦਾਸਾਂ, ਧੀਆਂ ਦੇ ਪਿਓ ਜਿਉਂਦੀਆਂ ਲਾਸਾਂ, ਨਾ ਜੀ ਸਕਦੇ ਨਾ ਮਰ ਸਕਦੇ, ਕੈਸੀ ਬਦਨਸੀਬੀ, ਕਦੇ ਘਰ ਵਿੱਚ ਨਾ ਦੇਈ ਰੱਬਾ ਧੀਆਂ 'ਤੇ ਗਰੀਬੀ। ਪਰ ਜਦੋਂ ਜਿਨ੍ਹਾਂ 'ਚ ਹਿੰਮਤਾਂ ਹੋਣ 42 ਕਿਲੋਮੀਟਰ ਭੱਜਣ ਦੀਆਂ, ਜਿਨ੍ਹਾਂ 'ਚ ਜਜ਼ਬੇ ਹੋਣ ਕੁਛ ਕਰਨ ਲਈ, ਉਹ ਗਰੀਬੀਆਂ ਛੁੱਪ ਚੱਕ ਦਿੰਦੇ ਨੇ ਨਾ।
ठीक है जी, करो वीडियो वो तो वह शेयर, तो मैं इन्हों का नंबर दूंगा। पुत नंबर बोलो थोड़ा कोई भी अपने डैडी का या किसी का भी। 8473 सर। 8473 42743 42743। हाँ जी सर। 8473 42743। ठीक है पुत, लो जी इस नंबर से कॉन्टैक्ट करके जिनी हैल्प हो सकती है। मैं कहना हैल्प यह नहीं भी तुम इन्हों कोई पैसे दो, इन्हों है ना किसी भी तरह का जो तुम लगता कोई जरिया बनता है। हाँ जी कोई कोई मतलब कोई जरिया बनता प्लेटफॉर्म बनता कोई खुराक दे सकते हो या कोई ਆਪਾਂ ਵੀ ਹੁਣ ਕੁਛ ਨਾ ਕੁਛ ਦੇ ਕੇ ਜਾਂ ਚਲਾ ਦੱਸੀ ਨਾ ਤੇ ਕੋਈ ਫੀਸ ਹੈ ਬੱਚੇ ਦੀ ਉਹ ਭਰੋ ਹਨਾ, ਇਹ ਚੀਜ਼ ਹੈਲਪ ਕਰੋ। ਇਹਨਾਂ ਨੂੰ ਪੈਸੇ ਲੋੜ ਨਹੀਂ, ਇਹਨਾਂ ਨੂੰ ਬਸ ਬੱਚੇ ਨੂੰ ਅੱਗੇ ਵਧਾਉਣ ਦੀ ਲੋੜ ਹੈ। ਬਿਲਕੁਲ ਬਿਲਕੁਲ, ਆਹ ਦੇਖੋ ਜੀ ਹਾਂ ਪੜ੍ਹਾਈਆਂ ਇਹਨਾਂ ਦੀਆਂ ਸ਼ੁਰੂ ਕਰਾਵਾਂਗੇ ਦੁਬਾਰੇ। ਠੀਕ ਹੈ ਜੀ, ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ।